ਹੁਣ ਪਾਕਿਸਤਾਨ 'ਚ ਜਿਹੜਾ ਨਾ ਕ੍ਰਿਕਟ ਜਿਹੜਾ ਉਹ ਤਾਂ ਬਹੁਤ ਘੱਟ ਹੁਣ ਤੁਹਾਨੂੰ ਸ਼ਾਜ਼ੋ ਨਗਰ ਦਿਸੇਦਾ, ਅਤੇ ਜਿਹੜਾ ਸਮਝੋ ਵਾਲੀਬਾਲ ਹੈ ਨਾ ਉਹ ਆਰ ਵਿਲੇਜ ਆਰ ਸਮਝੋ ਕਸਬੇ ਆਰ ਸ਼ਹਿਰ 'ਚ ਜਿਹੜਾ ਨਾ ਉਹ ਇਸ ਵੇਲੇ ਰੂਜ ਦੇ ਆ। ਇੰਝ ਗੱਲ ਹੈ, ਤੁਸੀਂ ਵੀ ਸਹੀ ਪ੍ਰੈਕਟਿਸ ਡੇਲੀ ਖੇਡਦੇ ਹੋ? ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ ਵਰਹਿਮਤੁਲਾਹ ਵਬਰਕਾਤ, ਉਮੀਦ ਵਿੱਚ ਸਾਰੇ ਠੀਕ ਠਾਕ ਹੋ। ਅੱਲਾ ਦਾ ਸ਼ੁਕਰ, ਮੈਂ ਵੀ ਠੀਕ ਠਾਕ, ਅੱਲਾ ਦਾ ਨਾਮ ਲੈ ਕੇ ਅੱਜ ਦੀ ਵੀਡੀਓ ਕਰਨੀ ਸ਼ੁਰੂ। ਅੱਛਾ ਜੀ, ਦਿਨ ਨੇ ਅੱਜ ਵੈਨਸਡੇ ਦਾ, 15 ਮਈ 2024, ਅਤੇ ਟਾਈਮ ਹੋ ਗਿਆ ਤਕਰੀਬਨ 8:30 ਦਾ। ਹਾਂ, ਮਾਲ ਜਿਹੜਾ ਨਾ ਤਕਰੀਬਨ 10-15 ਮਿੰਟ ਪਹਿਲਾਂ ਹੀ ਖੁੱਲ੍ਹ ਗਿਆ, ਕਿਉਂਕਿ ਗਰਮੀ ਜਿਹੜੀ ਹੁਣ ਦਿਨ ਬ ਦਿਨ ਜੇਠ ਸ਼ੁਰੂ ਹੋ ਗਿਆ ਅਤੇ ਬਹੁਤ ਜ਼ਿਆਦਾ ਹੁੰਦੀ। ਸੁਬਹਾ ਸੁਬਹਾ ਜਿਹੜਾ ਨਾ ਸੂਰਜ ਆਪਣਾ ਆਪ ਦੱਸਦਾ, ਅਤੇ ਆਵਾਜ਼ ਜਿਹੜੀ ਅੱਜ ਵੀ ਪੂਰਾ ਲੱਗੇ ਆ, ਬਹੁਤ ਵਧੀਆ ਜਿਹੜਾ ਆਵਾਜ਼ ਹੁੰਦੀ ਵੀ, ਅਤੇ ਸੂਰਜ ਵੀ ਜਿਹੜਾ ਉਹ ਸਹੀ ਚੜ੍ਹੇ ਆ ਜੀ ਕੜਾਕੇਦਾਰ। ਆ ਜਾਓ, ਇੱਥੇ ਪਹੁੰਚ ਆਈਆਂ ਦੀ ਜਿਹੜੇ ਨਾ ਉਹ ਉੱਥੇ ਸੜਕ ਉਹ ਜਿੱਥੇ ਲੱਗੇ ਆ ਨਾ ਖੰਭਾ ਉਹ ਪੂਲ, ਉੱਥੇ ਸੜਕ ਹੁਣ ਲੱਗੀਆਂ ਨੇ, ਮੈਂ ਇਕੱਠੀਆਂ ਲੈਣ, ਫਿਰ ਜਿਹੜਾ ਨਾ ਆਈਂਦੇ ਆਪਣੀ ਡਾਇਰੈਕਸ਼ਨ ਦੀ ਛੱਡ। ਅੱਛਾ ਜੀ, ਇਹ ਮੈਂ ਖਾਂਦਾ ਪਿਆ ਹੈ ਜੀ ਮਲਾਈ ਬੋਟੀ ਨਿਮਕੋ ਕਲਾਸਿਕ ਫਲੇਵਰ, ਇਹ ਦਾਲ ਹੈ। ਅਤੇ ਇਹਦੇ 'ਤੇ ਇੱਕ ਚੀਜ਼ ਮੈਂ ਨੋਟ ਕੀਤੀ ਹੈ, ਇਹਦੇ 'ਤੇ ਲਿਖੇ ਹਲਾਲ, ਕਿਉਂਕਿ ਮੁਸਲਮਾਨ ਮੁਲਕ 'ਚ ਜ਼ਾਹਿਰ ਹੈ ਜਿਹੜੀ ਇਹ ਚੀਜ਼ ਕੋਈ ਵੀ ਬਣਦੀ ਹੈ ਉਹ ਤਾਂ ਜ਼ਾਹਿਰ ਹੈ ਉਹਨਾਂ ਨੂੰ ਬਣਾਉਣੀ ਹਲਾਲ ਚੀਜ਼ ਹੀ ਹੈ, ਆਰਾਮ ਤਾਂ ਨਹੀਂ ਬਣਾਉਂਦੇ ਕੋਈ। ਫਿਰ ਵੀ ਪਤਾ ਨਹੀਂ ਕਿਉਂ ਇਹ ਲਿਖਿਆ ਜਾਂਦਾ ਹੈ ਪੈਕਟ ਦੇ ਉੱਤੇ, ਦੇਖਿਆ ਲਿਖੇ ਹਲਾਲ। ਅੱਛਾ ਜੀ, ਟਾਈਮ ਹੋ ਗਿਆ 9 ਦਾ, ਅਤੇ ਮਾਲ ਜਿਹੜਾ ਨਾ ਹੁਣ ਛੱਪੜਿਆ ਜਾਣ ਕੇ ਵੜਿਆ ਗਰ। ਅੱਛਾ ਜੀ, ਟਾਈਮ ਹੋ ਗਿਆ 4:30 ਦਾ, ਤਾਂ ਮਾਲ ਹੁਣ ਛੱਪੜੇ 'ਚ ਵੜਿਆ, ਗਰਮੀ ਅੱਜ ਵੀ ਜਿਹੜਾ ਨਾ ਆਉਂਦਾ ਹੈ ਜੀ, ਸਹੀ ਪਈ ਹੈ ਗਰਮੀ, ਟੁੱਟ ਗਏ ਸ਼ਾਹ। ਛਾ ਲਿਆਕਤ ਕਿੱਧਰ ਗਿਆ ਜੀ? ਛਾ ਆਹੋ, ਤਾਰੀ ਲਾ ਲੈਣ ਫਿਰ ਜਿਹੜਾ ਨਾ ਸਕੂਨ ਨਾਲ ਬਹਿਣ ਦੀਆਂ ਕਿ ਨਹੀਂ। ਛਾ ਮਾਝ ਵਾਲੀ ਲੈ ਰਹੀ ਆ ਨਾ ਦੋਏ ਟਾਈਮ, ਫਿਰ ਨਹੀਂ ਹੈ ਪੰਜਵਾਂ ਲੱਗ ਗਿਆ ਜੀ, ਫਿਰ ਤਾਂ ਮੌਜ ਬਣ ਗਈ। ਅੱਛਾ, ਤੇ ਵੈੜੀ ਬਣੀ ਆ ਕੋਣੀ? ਵੈੜੀ ਆਪੇ ਨਹੀਂ ਕਰਾਈ। ਅੱਛਾ, ਅਲੇ ਖੀਰੀ ਨਹੀਂ ਤਾਂ ਨਹੀਂ ਲੱਗੀ? ਅੱਛਾ, ਦੋਂਦੀ ਲੱਗ ਗਈ ਵੈੜੀ, ਕੁਰਬਾਨੀ ਤੇ ਜਾ ਕੁਰਬਾਨੀ ਦੇ। ਅੱਛਾ, ਚਾੜ ਸੜੀ ਉਸ ਪਰ ਨੈਟ ਤੇ। ਮਾਸ਼ਾਅੱਲਾ ਜੀ, ਜਿਹੜਾ ਨਾ ਭਾਈ ਮਤਿਆਸ ਕੋਲ ਇਹ ਖੂਬਸੂਰਤ ਵੈੜੀ ਹੈ, ਤੇ ਦੋਂਦੀ ਲੱਗ ਗਈ ਹੈ ਨਾ?
ਦੰਦ ਹੀ ਲੱਗੀ ਹੈ ਜੀ ਮਾਸ਼ਾਅੱਲਾ, ਬਹੁਤ ਹੀ ਖੂਬਸੂਰਤ ਔਰ ਪਲੀ ਸੁਤਰੀ ਹੈ। ਜੇ ਕਿਸੇ ਦੋਸਤ ਭਰਾ ਨੂੰ ਚਾਹੀਦੀ ਹੋਵੇ ਕੁਰਬਾਨੀ ਵਾਸਤੇ ਖੂਬਸੂਰਤ ਜਾਨਵਰ, ਤਾਂ ਰਾਬਤਾ ਕਰ ਸਕਦੇ ਹੋ ਜੀ। ਨੰਬਰ ਹੈ ਜੀ ਕੋਈ ਕੋਣੀ? ਚੱਲ ਮੇਰੇ ਨਾਲ ਕਿਸੇ ਕਰ ਲਿਆ ਤਾਂ ਅੱਗੋਂ ਕਮੈਂਟ 'ਚ ਬੰਦਾ ਦੱਸ ਸਕਦਾ। ਬੜੀ ਹੈ ਜੀ ਮਾਸ਼ਾਅੱਲਾ ਖੂਬਸੂਰਤ। ਚਲੋ ਚਲੋ ਚਲੋ, ਠੰਡੀਆਂ ਹੋ ਗਈਆਂ ਨੇ। ਓਏ ਸੜਕ ਤੇ ਜਾ ਕੇ ਉਂਝ ਲਾਦਾ ਹੋ ਜਾਣ ਦੀਆਂ ਇੰਜ ਬਾਰੋ ਬਾਰ। ਅੱਛਾ ਜੀ, ਟਾਈਮ ਹੋ ਗਿਆ 4:15 ਦਾ ਤੇ ਮਾਲ ਮੈਂ ਲੈਣ ਦਾ ਮਜ਼ਾ ਜਿਹੜਾ ਨਾ ਛੱਪੜੇ 'ਚ, ਤੁਹਾਨੂੰ ਪਤਾ ਪਿੱਛੇ ਜਿਹੜਾ ਨਾ ਬੈਠੀਆਂ ਸੀ ਵਾਹ ਬੱਚਾ, ਅਤੇ ਇਸ ਛੱਪੜੇ 'ਚ ਨਹੀਂ ਵੜੀਆਂ, ਅਤੇ ਮੁੰਡੇ ਨੇ ਮੇਰੇ ਨਾਲ ਦੋ ਉਹ ਵੀ ਮੱਝਾਂ ਲੈ ਕੇ ਆਏ ਨੇ ਛੱਪੜੇ 'ਚ, ਅਤੇ ਮੈਂ ਕਿਹਾ ਜਿਹੜਾ ਨਾ ਇੱਧਰੋਂ ਉਹ ਤੋਂ ਇੰਟਰਵਿਊ ਥੋੜ੍ਹਾ ਚਲੀਏ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਅਬਦੁੱਲਾ ਬੀਬੁੱਲਾ ਬੀਬੁੱਲਾ ਜਾ ਅਲੀ ਰਜ਼ਾ ਜੀ। ਅਲੀ ਰਜ਼ਾ ਮੱਝਾਂ ਲੈ ਕੇ ਆਏ ਜੀ? ਕਿੰਨੀਆਂ ਮੱਝਾਂ ਨੇ? ਮੱਝਾਂ ਚਾਰ। ਚਾਰ ਮੱਝਾਂ? ਅਤੇ ਗਾਵਾਂ? ਗਾਵਾਂ ਤਰੇ। ਮਾਸ਼ਾਅੱਲਾ। ਲੈਰੀਆਂ ਕਿੰਨੀਆਂ ਨੇ? ਲੈਰੀਆਂ ਚਾਰ ਮੱਝਾਂ ਤੇ ਦੋ ਗਾਵਾਂ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਤੇਰੇ ਕੋਲ ਕਿੰਨੀਆਂ ਨੇ ਬੀਬੁੱਲਾ? ਪੰਜ ਮੱਝਾਂ ਜਾ। ਗਾਵਾਂ ਸ਼ਾਵਾਂ ਕੋਣੀ? ਗਾਵਾਂ ਸ਼ਾਵਾਂ ਕੋਣੀ? ਛੱਪੜੇ ਜੂਣ ਠੰਡੀਆਂ ਪੇ ਕਰਦੇ ਜੀ? ਮਾਸ਼ਾਅੱਲਾ ਜੀ ਮਾਸ਼ਾਅੱਲਾ। ਅੱਛਾ, ਕਣਕ ਸਾਂਭ ਲਈ ਤੁਸੀਂ ਵੀ? ਜਾ। ਚੰਗੀ ਬਰਕਤ ਹੋ ਗਈ? ਚੰਗੀ ਬਰਕਤ ਹੋ ਗਈ। ਤੁਸੀਂ ਵੀ ਸਾਂਭ ਲਈ? ਜਾ। ਮਾਸ਼ਾਅੱਲਾ ਜੀ। ਅੱਛਾ, ਮੈਂ ਦੇਖਣਾ ਪਿਆ ਤੇਰੀ ਸ਼ਰਟ ਦੇ ਇੱਧਰੋਂ ਸਾਹਮਣੇ ਥੋੜ੍ਹਾ ਜਿਹਾ ਤਾਰਫ ਕਰਾਂ। ਅੱਛਾ ਜੀ, ਮੁੜਾ ਜਿਹੜਾ ਨਾ ਵਾਲੀਬਾਲ ਦਾ ਗੁੱਡ ਪਲੇਅਰ, ਅਤੇ ਸ਼ਰਟ ਹੈ ਤਾਂ ਮੈਂ ਦੇਖੀ ਜਿਹੜਾ ਨਾ ਉਹ ਅਗਲੇ ਦਿਹਾੜੇ ਤੋਂ ਦੂਸਰੇ ਮੁੜੇ 'ਤੇ ਸ਼ਰਟ ਆਹੀ, ਅਤੇ ਉਹ ਮੈਨੂੰ ਪਤਾ ਉਹ ਮੋਸਨ ਸਮੋਟਿੰਗ ਜੇ ਗੱਲ ਉੱਤੇ ਉਹ ਜਿਹੜੀ ਸਮਾਲ ਪਿਕਚਰ ਹੈ, ਅਤੇ ਥੱਲੇ ਜਿਹੜੀ ਵੱਡੀ ਤਸਵੀਰ ਹੈ ਇਹ ਕੌਣ ਹੈ? ਇਹ ਤੋਂ ਜੀ ਦੀ ਸ਼ਾਨ ਸ਼ਾਨਾ ਗੁਜਰ ਜੇ, ਅਮਰਾ ਕਲਾਂ ਪਿੰਡ ਦਾ। ਅਮਰਾ ਕਲਾਂ ਗੁਜਰਾਤ ਵਿੱਚ? ਜਾ। ਅੱਛਾ ਅੱਛਾ, ਇਹਦਾ ਤੂੰ ਬਿਗ ਫੈਨ ਹੈ? ਜਾ। ਅੱਛਾ ਖਿਲਾੜੀ? ਜਾ। ਇਹਨੂੰ ਲਾਈਵ ਦੇਖ? ਯੂਰਪ ਖੇਡਦਾ। ਯੂਰਪ ਜਾ ਕੇ ਇੰਟਰਨੈਸ਼ਨਲ ਖਿਲਾੜੀ ਹੋਇਆ ਨਾ ਫਿਰ? ਜਾ। ਅਤੇ ਇੱਥੇ ਵੀ ਕਿਰਾਇਆ ਸਾਡੇ? ਇੱਥੇ ਆਇਆ ਹਜੇ ਪਿੱਛੇ ਜੇ, ਖੇਡ ਕੇ ਗਿਆ ਇੱਥੇ ਮਕਿਆਣੀ ਮੈਚ। ਅੱਛਾ, ਮਕਿਆਣੀ ਦੇਖ ਕੇ ਆਇਆ ਸੂ? ਹੈ। ਐਕਸੀਲੈਂਟ ਜੀ। ਅੱਛਾ ਜੀ, ਇਹ ਦੇਖੋ ਜੀ ਦੀਲ ਕਿਹੜਾ ਅੰਬਰੇ ਵਾਲਾ? ਜਾ। ਕੇ ਲਿਖੇ ਉੱਤੇ ਫੈਨ ਆਫ ਸ਼ਾਨੀ ਗੁੱਜਰ, ਕੋਈ ਪੁੱਛੇ ਤੋ ਬਤਾਨਾ ਤੋ ਗੁੱਜਰ ਆਇਆ ਥਾ। ਜ਼ਬਰਦਸਤ ਹੋ ਗਿਆ ਜੀ, ਤੂੰ ਹੁਣ ਵੀ ਖੇਡਦੇ ਹੋ ਕਿ ਕੋਣੀ? ਇੱਧਰ ਸਾਫ ਸਾਫ ਨਹੀਂ ਪਿਕਚਰ ਆਉਂਦੀ, ਡੰਗਰ ਸਾਂਭ ਕੇ ਤੇ ਜਾ ਕੇ ਫਿਰ ਚੱਲੀਆਂ ਨੱਟ ਤੇ। ਅੱਛਾ ਮਾਸ਼ਾਅੱਲਾ ਜੀ, ਪਹਿਲਾਂ ਜਿਹੜਾ ਨਾ ਤੁਹਾਨੂੰ ਵਿਊ ਦਿਖਾਉਣਾ ਛੱਪੜੇ ਦਾ, ਅਤੇ ਮੱਝਾਂ ਜਿਹੜੀਆਂ ਨੇ ਨਾ ਬਹੁਤ ਜ਼ਿਆਦਾ ਵਿੱਚ ਛੱਪੜੇ ਦੇ ਵਿੱਚ ਨੇ, ਸਾਡੀਆਂ ਤਾਂ ਬਾਹਰ ਨਿਕਲ ਗਈਆਂ ਨੇ, ਅਤੇ ਹੁਣ ਜਿਹੜਾ ਨਾ ਮਾਲ ਕਾਫੀ। ਅੱਛਾ, ਖੇਡਦੇ ਕਿੱਥੋਂ? ਇੱਥੇ ਹੀ? ਨਹੀਂ, ਉੱਥੇ ਅਸੀਂ ਆਪਣੇ ਖੇਡੀ ਦਾ ਨੱਟ ਉੱਥੇ ਲਾਇਆ ਪਿੱਛੇ ਭਰਾ ਡੇਰੇ ਦੇ ਕੋਲ, ਡੇਰੇ ਦੇ ਨਾਲ ਹੀ। ਅਤੇ ਤੁਸੀਂ ਅਲੀ ਰਜ਼ਾ ਉੱਥੇ ਹੀ ਖੇਡੀ? ਨੇੜੇ ਹੀ ਹੈ। ਅਤੇ ਤੇਰਾ ਕਿਹੜਾ ਜਿਹੜਾ ਨਾ ਸਮਝੋ ਫੇਵਰੇਟ ਖਿਲਾੜੀ? ਇਹਦਾ ਤਾਂ ਹੋ ਗਿਆ ਇਹ ਜਿਹੜਾ ਸ਼ਾਨੀ ਗੁੱਜਰ ਅੰਬਰੇ ਵਾਲਾ। ਕਿਹੜਾ? ਸਾਈ ਐਸ ਐਨ ਰਾਜਾ। ਸਾਈ ਐਸ ਐਨ ਰਾਜਾ ਜਾਂ ਵੀ ਮੰਡੀ ਬਾਵਲ ਦੀਨ ਦਾ? ਮੰਡੀ ਬਾਵਲ ਦੀਨ ਦਾ ਜਾ ਕੇ ਉਹਨੂੰ ਦੇਖੇ ਕਿਰੇ? ਜਾ ਲਾਈਵ ਇੱਥੇ ਮਕਿਆਣੀ ਉਹ ਵੀ ਆਇਆ। ਅੱਛਾ ਖਿਲਾੜੀ ਜਾਂ? ਬਹੁਤ ਜ਼ਬਰਦਸਤ ਜ਼ਬਰਦਸਤ। ਜੈਸਾ ਕਿ ਤੁਹਾਨੂੰ ਪਤਾ ਹੁਣ ਪਾਕਿਸਤਾਨ 'ਚ ਜਿਹੜਾ ਨਾ ਕ੍ਰਿਕਟ ਜਿਹੜਾ ਉਹ ਤਾਂ ਬਹੁਤ ਘੱਟ ਹੁਣ ਤੁਹਾਨੂੰ ਸ਼ਾਜ਼ੋ ਨਗਰ ਦਿਸੇ ਦਾ, ਅਤੇ ਜਿਹੜਾ ਸਮਝੋ ਵਾਲੀਬਾਲ ਹੈ ਨਾ ਉਹ ਆਰ ਵਿਲੇਜ ਆਰ ਸਮਝੋ ਕਸਬੇ ਆਰ ਸ਼ਹਿਰ 'ਚ ਜਿਹੜਾ ਨਾ ਉਹ ਇਸ ਵੇਲੇ ਰੂਜ ਦੇ ਆ, ਇੰਝ ਗੱਲ ਹੈ? ਤੁਸੀਂ ਵੀ ਸਹੀ ਪ੍ਰੈਕਟਿਸ ਡੇਲੀ ਖੇਡਦੇ ਹੋ? ਜ਼ਬਰਦਸਤ। ਹੁਣ ਵੀ ਮੁੜੇ ਜਿਹੜਾ ਨਾ ਦੋ ਤਿੰਨ ਨੈੱਟ ਲੱਗੇ ਨੇ ਇੱਥੇ, ਅੱਗੇ ਵੀ ਤੁਸੀਂ ਦੇਖੇ ਨੇ ਉੱਥੇ ਖੇਡਦੇ ਪਏ ਨੇ, ਅਤੇ ਅਲੀ ਮੁੜੇ ਮਜ਼ੀਦ ਜਿਹੜਾ ਨਾ ਉਹ ਆਉਣ ਦੇ ਲਈ, ਕਿਉਂਕਿ ਟਾਈਮ ਨਹੀਂ ਹੋਇਆ ਥੋੜ੍ਹਾ ਝਾੜ ਬਣੇ ਦਾ, ਫਿਰ ਠੰਡੇ ਵੇਲੇ ਫਿਰ ਸ਼ਾਮੀ ਲਾਈਟਾਂ ਲਾ ਕੇ ਖੇਡਦੇ ਰਹਿੰਦੇ? ਨਹੀਂ, ਲਾਈਟਾਂ ਤਾਂ ਰੋਜ਼ ਖੇਡਦੇ ਰਹੇ।
ਅੱਛਾ ਤੇ ਹੁਣ ਬਸ ਹੈ ਚਾਨਣੇ ਚਾਨਣੇ ਹੀ ਹੈ ਚਾਨਣੇ ਸ਼ਾਮਾਂ ਦੀ ਦਾਨ ਤਾਂ ਜ਼ਬਰਦਸਤ ਹੋ ਗਿਆ ਤੇ ਤੁਸੀਂ ਵੀ ਇਨਸ਼ਾਅੱਲਾ ਉਮੀਦ ਹੈ ਕਿ ਵੱਡੇ ਖਿਲਾੜੀ ਇੱਕ ਦਿਨ ਬਣੋਗੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਅੱਛਾ ਡੇਲੀ ਬਿੱਲਾ ਨਾਗਾ ਖੇਡਦੇ ਹੋ ਯਾਰ ਕਿਤੇ ਕੋ ਮਜਬੂਰ ਤੁਮੀ ਅਲੀ ਰਜ਼ਾ ਫੇਰ ਨਹੀਂ ਉਹ ਤਾਂ ਫਿਰ ਕਿਤੇ ਸ਼ਾਹ ਨਾਜ਼ਰ ਹੋ ਗਿਆ ਨਾ ਉਹ ਜੀ ਖੇਡਦੇ ਰਵੀ ਦੇ ਗੁੱਡ ਲੱਕ ਜੀ ਬੋਥ ਆਫ ਯੂ ਤੇ